ਬੀਤੇ ਦਿਨਾਂ ਦੇ ਬਨੇਰੇ ਤੇ ਯਾਦਾਂ ਦਾ ਚਾਨਣ ਲੈ ਕੇ ਟੁਰਨਾ ਬੜਾ ਔਖਾ ਪੈਂਡਾ ਹੁੰਦਾ ਏ, ਪਰ ਜੇ ਮਨ 'ਚ ਸਾਹਸ ਹੋਵੇ ਤਾਂ ਲੰਘੇ ਵਕਤ ਨੂੰ ਆਵਾਜ਼ ਮਾਰਨਾ ਐਡਾ ਵੀ ਔਖਾ ਨਹੀਂ ਹੁੰਦਾ। ਕਿਤਾਬ 'ਤੇ ਮਿੱਟੀ ਪੈਣ ਨਾਲ ਕਹਾਣੀ ਨਹੀਂ ਬਦਲ ਜਾਂਦੀ। ਤੁਸੀਂ ਆਪਣੀ ਜ਼ਿੰਦਗੀ ਦੀ ਕਿਤਾਬ ਤੋਂ ਮਿੱਟੀ ਝਾੜ ਕੇ ਇਹਨੂੰ ਪੜ੍ਹਨ ਦੀ ਕੋਸ਼ਿਸ਼ ਕਰੀਓ, ਤੁਹਾਨੂੰ ਬਹੁਤ ਕੁਛ ਯਾਦ ਆਏਗਾ। ਪਿੰਡਾਂ ਥਾਵਾਂ ਦੀ ਸਾਡੀ ਰੱਤਲ 'ਚ ਛੋਟੀਆਂ ਛੋਟੀਆਂ ਹਾਸੀਆਂ ਖੇਡੀਆਂ ਅਤੇ ਸੁੱਚਲ ਸੋਹਣੀਆਂ ਯਾਦਾਂ ਜੁੜੀਆਂ ਨੇ। ਸਿਆਣੇ ਕਹਿੰਦੇ ਵੀ ਬੰਦਾ ਆਪ ਹੀ ਇਕੱਲਾ ਅਤੇ ਆਪ ਹੀ ਮਹਿਫਲ ਏ, ਅਤੇ ਆਪਣਾ ਕਿਹਾ ਇਹ ਆ, ਜਿੱਥੇ ਮੂੜਾ ਡਾਹ ਕੇ ਬਹਿ ਗਏ ਮਹਿਫਲ ਸਾਜੀ ਜਾਂਦੀ ਹੈ। ਇਸੇ ਮਹਿਫਲ ਦਾ ਪੰਜਵਾਂ ਬੰਦਾ ਜਿਹੜਾ ਆਉਂਦਾ ਲੇਟ ਏ ਹੁੰਦਾ ਛੇਤੀ 'ਚ, ਇਹ ਉਹ ਬੇਲੀ ਜਿਹੜਾ ਹਰ ਵੇਲੇ ਜੇਬੋਂ ਵੀ ਖਾਲੀ ਅਤੇ ਢਿੱਡੋਂ ਵੀ ਖਾਲੀ। ਪਰ ਉਹ ਕੀ ਜਾਣੇ ਜਿਹੜੇ ਅੱਗੇ ਬੈਠੇ ਉਹ ਵੀ ਸਵਾਲੀ, ਜੇਬਾਂ ਭਾਵੇਂ ਖਾਲੀ ਹੋਣ ਪਰ ਸੋਚ ਹਮੇਸ਼ਾ ਦੇਸੀ ਕੁੱਕੜਾਂ ਵਾਲੀ ਰੱਖੀ, ਪੱਲੇ ਭਾਵੇਂ ਕੁਝ ਨਹੀਂ ਪਰ ਇਹ ਖਬਰ ਪੂਰੀ ਏ ਕਿ ਪਿੰਡ ਵਿੱਚ ਕੁੱਕੜ ਕਿੱਥੇ ਕਿੱਥੇ ਖੜ੍ਹੇ ਨੇ। ਚਾਤੀਆਂ ਮਾਰਦਾ ਹੋਇਆ ਪਹੁੰਚ ਗਿਆ ਕੁੱਕੜ ਚੱਕਣ, ਅਤੇ ਸੋਚੀ ਪੈ ਗਿਆ ਕੁੱਕੜ ਮੰਜੇ 'ਤੇ ਵੇ ਕੇ ਥੱਲੇ ਵੇ, ਛੇਤੀ ਛੇਤੀ ਕੁੱਕੜ ਨੂੰ ਹੱਥ ਪਾਇਆ ਕਿ ਕੁੱਕੜ ਮੈਨੂੰ ਨਾ ਕਿਧਰੇ ਹੱਥ ਪਾ ਲਵੇ। ਇਹ ਸੋਚਦਾ ਹੋਇਆ ਸਾਈਕਲ 'ਤੇ ਬਹਿ ਗਿਆ ਕਿ ਸਾਈਕਲ 'ਤੇ ਐਵੇਂ ਲਿਆਂਦਾ ਜਿੱਡਾ ਕੁੱਕੜ ਸੀ, ਮੈਂ ਤਾਂ ਇਹਦੇ 'ਤੇ ਬਹਿ ਕੇ ਚਲੇ ਜਾਣਾ ਸੀ। ਆਪਣੇ ਯਾਰਾਂ ਦੀ ਚੋਰੀ 'ਤੇ ਐਡਾ ਯਕੀਨ ਕਿ ਕੁੱਕੜ 'ਤੇ ਆਵੇ ਹੀ ਆਵੇ, ਅਤੇ ਬਾਕੀ ਯਾਰਾਂ ਨੇ ਪਿੱਛੋਂ ਰਿੰਨਣ ਦੀ ਤਿਆਰੀ ਸ਼ੁਰੂ ਕਰ ਦਿੱਤੀ। ਚੱਲਦੀ ਮੋਟਰ 'ਤੇ ਕੁੱਕੜ ਦਾ ਗੋਸ਼ਤ ਧੋਣ ਦਾ ਆਪਣਾ ਹੀ ਮਜ਼ਾ ਹੈ। ਅਤੇ ਦੂਜੇ ਬੰਨੇ ਅੱਗ ਬਲਦਿਆਂ ਹੀ ਹਾਂਡੀ ਚੜ੍ਹ ਗਈ। ਸਿਆਣੇ ਸੱਚ ਕਿਹਾ ਏ, ਬਾਲ ਕੇ ਸੇਕਣੀ ਬੜੀ ਔਖੀ ਹੈ। ਹਾਂਡੀ 'ਚ ਪਾਉਂਦਿਆਂ ਹੋਇਆਂ ਗੋਸ਼ਤ, ਦਿਲ ਵਿੱਚ ਹਲੇ ਵੀ ਐਡਾ ਖੌਫ ਕਿ ਕੁੱਕੜ ਕਿਧਰੇ ਉੱਠ ਕੇ ਮਾਲਕ ਵੱਲ ਨਾ ਟੁਰ ਜਾਵੇ। ਸੱਚ ਹੀ ਕਿਹਾ ਏ ਕਿਸੇ ਨੇ, ਰੰਨਾਂ ਵਾਲਿਆਂ ਦੇ ਪੱਖਣ ਪਰੌਠੇ ਅਤੇ ਛੜਿਆਂ ਦੀ ਅੱਗ ਨਾ ਬਲੇ। ਮੋਟਰ 'ਤੇ ਬੈਠਾ ਹੋਇਆ ਸੱਤ ਰੰਗਾ ਇਹ ਸਾਰਾ ਮੰਜ਼ਰ ਵੇਖ ਰਿਹਾ। ਦੇਸੀ ਕੁੱਕੜ ਹੋਵੇ ਗਲਦਿਆਂ ਹੋਇਆਂ ਸ਼ਾਮਾਂ ਨਾ ਪਾਵੇ, ਇਹ ਤਾਂ ਹੋ ਨਹੀਂ ਸਕਦਾ।
ਪਿੰਡ ਦੀ ਢਲਦੀ ਸੁਰਮਈ ਸ਼ਾਮ ਅਤੇ ਯਾਰਾਂ ਦੀ ਸੰਗਤ, ਇਹਦਾ ਕੋਈ ਮੋਲ ਨਹੀਂ। ਬਲ ਦੀ ਲਾਲਟੈਨ ਅਤੇ ਆਸਮਾਨ ਅਤੇ ਤਾਰੇ ਥੱਲੇ ਲੈਣਗੇ ਹੁਣ ਯਾਰ ਨਜ਼ਾਰੇ। ਮਿਹਨਤ ਲੰਬੀ, ਮਿੰਟ ਦਸ ਅਤੇ ਭਾਂਡੇ ਖਾਲੀ। ਸਾਰੇ ਦਿਨ ਦੇ ਟੁੱਟੇ ਹੋਏ ਵਜੂਦ ਨੂੰ ਸਿਰਫ ਟਕੋਰ ਲੱਕੜਾਂ 'ਤੇ ਬਣੀ ਚਾਹ ਹੀ ਕਰਦੀ ਹੈ। ਜੇ ਰਵੀ ਵਿੱਚ ਪਾਣੀ ਕੋਈ ਨਹੀਂ ਤੇ ਆਪਣੀ ਕਹਾਣੀ ਕੋਈ ਨਹੀਂ, ਜੇ ਸੰਗ ਬਲੀਆਰ ਕੋਈ ਨਾ ਤੇ ਕਿਸੇ ਨੂੰ ਸੁਣਾਣੀ ਕੋਈ ਨਹੀਂ, ਅੱਖਾਂ 'ਚ ਦਰਿਆ ਕੋਲ ਕੇ ਮੈਂ ਜ਼ਖਮਾਂ ਦੀ ਥਾਂ ਤੇ ਰੋੜ ਲਾਂ। ਜੇ ਇੱਥੋਂ ਕਦੇ ਰਾਵੀ ਲੰਘ ਜਾਵੇ ਓ